like that. लेट नाइट आ असी धूरी च मार्कफेड के एक गोदाम च पहुंचे हाँ। कणक चोरी हुंदी है, ये सानू टिप ऑफ मिली सी और एक बंदा असी लभ्या जो अंदर इनवॉल्वड सीगा और हुण उहनू लैके आंदा है कि सानू सारा मौका दिखावे। गेट खोलो नहीं खुलदा जना, गेट खोलो गेट, ओ गेट खोल काका, मेरे माल है आ गया, पहला गेट खोल दो भाई, नो माल दे आप लोग सीढ़ी पूरी हुई है हल्ला ना ना वाला वाला माल वाला कोई चौकीदार चौकीदार जी गेट खोलो जी, खोल रहे हैं जी, खोल खोल गेट का टाइम लगा दो बाल सिका जी काम कर रुकी कर किथे है नु बुलाओ आगे चल बस चौकीदार जी नाल आओ तुसी धूरी का यह मार्कफेड का गडाउन है और इतने जो टिप ऑफ सी कि जेडी कणक दिया बोरिया चो कणक कढ के वो पासे रख दी जाती है पुराने बारदाने भर के तो जी अंदर ला देंगे मूहरले गट्टे जोड़े होंगे वो कि पासे गेट खोलो जी आप चेक कराओ की हुंदा की है मैनू ये दस हुंदा की है दसो तुसी उरे सारा कुछ हुंदा जी की दसो कणक दी बोरी बणदी आ अपने ना दो गट्टे दी गट्टा बणदा दो गट्टे दा एक हां फिर वो लोड कैच करदे आ जो आ बाहर बेचदे ने बाहर बेच जांदी है तो फिर ये पूरा जेड़े मूरले गट्टे है वो पूरे हुंदे है चोरी ਬਾਪੂ ਜੀ ਆਓ ਇਹ ਕਹਿੰਦੇ ਸ਼ਾਮ ਨੂੰ ਹੇਠ ਉੱਤਾ ਕਰਦੇ ਆ ਸਾਰਾ ਜੋ ਵੀ ਕਰਦੇ ਇੱਥੇ ਸਾਰੀ ਗੱਲ ਦੱਸਦੇ ਆ ਚੌਂਕੀਦਾਰ ਜੀ ਤੁਹਾਡੀ ਵੀ ਨਿਗਾਹ 'ਚ ਗੱਲ ਹੈ ਬਾਪੂ ਜੀ ਹਾਂਜੀ ਤੁਹਾਡੀ ਵੀ ਨਿਗਾਹ 'ਚ ਗੱਲ ਨਿਗਾਹ 'ਚ ਤਾਂ ਮਜਬੂਰ ਆ ਹੁਣ ਨਹੀਂ ਨਹੀਂ ਉਹ ਤੁਹਾਨੂੰ ਪਤਾ ਹੈ ਪਤਾ ਤਾਂ ਅੱਜ ਤਾਂ ਹੈ ਜੀ ਗੇਟ ਤੇ ਖੜ ਜਣੇ ਬਾਹਰ ਹਾਂ ਬਾਕੀ ਅੰਦਰ ਜੋ ਮਰਜ਼ੀ ਕਰਿਆ ਠੀਕ ਹੈ ਤੂੰ ਕੋਈ ਨਹੀਂ ਤੁਸੀਂ ਖੋਲ ਕੇ ਬਾਬਾ ਜੀ ਬਾਹਰ ਚੌਂਕੀ ਦਾ ਕੋਈ ਖੋਲ ਕੇ ਤੁਸੀਂ ਚੈੱਕ ਕਰਾ ਦਿਓ ਸਾਡੇ ਜਿਹੜੀ ਡਿਊਟੀ ਦੇ ਬਾਹਰ ਅਸੀਂ ਆਪਦਾ ਸਹੀ ਹੈ ਕੋਈ ਗੱਲ ਨਹੀਂ तू दस बाकी बाहर खड़ जाओ एक मिनट दस
ਕੱਲਾ ਕੈਮਰਾ ਅੰਦਰ ਲੈ ਜਾਓ ਦੱਸੋ ਸਾਰੇ ਸਾਰੇ ਨਾ ਹੋ ਯਾਰ ਦੱਸੋ ਇਹਨੂੰ ਪਤਾ ਥੱਲੇ ਤੱਕ ਸਿੱਟੋ ਥੱਲੇ ਬੁਰੀਆ ਅੱਛਾ ਸਿੱਟੋ ਬੁਰੀਆ ਲੱਗੀ ਪਤਾ ਗਾਹ ਸਿੱਟਾ ਬੜੀ ਬੜੀ ਖਾ ਜਾਂ ਸੇ ਬੜੀਆ ਇਹ ਜੇ ਬਾਤ ਨਾ ਲੂਸ ਲੱਗਿਆ ਹੈ ਹੋਰ ਹਾਂ ਪੁਰਾਣਾ ਬਾਤ ਲੱਗਿਆ ਇਹ ਨਵਾਂ ਬਾਰਦਾਨਾ ਹਾਂਜੀ ਇਹ ਨਵੀਆਂ ਬੋਰੀਆਂ ਹਾਂ ਹਾਂ ਪਿੱਛੇ ਉਹ ਬਾਰਦਾਨ ਥੱਲੇ ਵਾਲਾ ਕਿਹੜਾ ਦਿਖਾਓ ਬਾਰਦਾਨਾ ਪੁਰਾਣਾ ਕਿਹੜਾ ਉਹ ਥੱਲੇ ਕਿਹੜਾ ਜੀ ਕਿੰਨਾ ਕਿ ਥੱਲੇ ਹੈ ਇਹਦੇ ਥੱਲੇ ਚਿੱਕਾ ਵਜੇ ਇਹਦੇ ਵਿੱਚ ਛੁਪਰੀਆਂ ਚਿੱਕਾ ਤੇ ਚਲੋ ਤੁਸੀਂ ਹੋ ਤੁਸੀਂ ਕਰੋ ਅੱਗੇ ਹੋ ਕੇ ਨਾ ਨਾ ਮੈਂ ਨਹੀਂ ਤੂੰ ਰਾਜੇ ਇੱਧਰ ਆ ਜਾ ਨਾ ਮੈਂ ਕਰਦੇ ਕਰਦੇ ਤੂੰ ਕੋਈ ਨਹੀਂ ਕਰਦੇ ਆਪਣੇ ਕਰਦੇ ਵੀਰੇ ਕੋਈ ਨਹੀਂ ਟੈਨਸ਼ਨ ਨਾ ਲੈ ਤੂੰ ਗਾਏ ਥੋੜੇ ਬਈ ਆ ਜਾ ਫੜਦੇ ਆਇਓ ਭਾਜੀ ਇੱਕ ਮਿੰਟ ਆਓ ਤੂੰ ਆ ਜਾ ਰਾਜੇ ਕੋਈ ਨਹੀਂ ਲਿਆ ਮੈਨੂੰ ਮੈਨੂੰ ਦਿਖਾ ਯਾਰ ਡਰਦੇ ਕਿਉਂ ਤੁਸੀਂ ਨਾ ਡਰਨਾ ਕਾਹਦੇ ਪਿੱਛੇ ਆਈ ਵੀਰੇ ਥੱਲੇ ਪਾਸੇ ਥੱਲੇ ਪਟ ਰਿਹਾ ਨਹੀਂ ਪਛੜ ਗਿਆ ਆ ਪਟ ਲੋ ਛੁੱਟ ਦਿੰਨੀ ਕਿੰਨੀ ਥੱਲੇ ਕਿੰਨੇ ਕਿੰਨੇ ਕਿ ਥੱਲੇ ਜਾਓ ਥੱਲੇ ਤੱਕ 1 2 3 ਹੁਣ ਤੱਕ ਉੱਤੇ ਪਟਾਈ ਬਸ ਹੁਣ ਉਰੇ ਉਰੇ ਪਟੋ ਨਹੀਂ ਪਟੋ ਥੱਲੇ ਤੱਕ ਪਟਾਈ ਆ ਪਰਖੀਆਂ ਲੱਗੀਆਂ ਹੁੰਦਾ ਜੀ ਆ ਦੇਖੋ ਪਰਖੀਆਂ ਲੱਗੀਆਂ ਹੋਈਆਂ ਸਾਰੀ ਕਣਕ ਦੇਖੋ ਉਹ ਦੇਖੋ ਲੱਗੀ ਹੋਈ ਪਰਖੀ ਉਹ ਦੇਖੋ ਆ ਦੇਖੋ ਉਹ ਦੇਖੋ ਇਹ ਕਿਉਂਕਿ ਪਰਖੀ ਲੱਗੀ ਆ ਤਾਂ ਕਣਕ ਹੋਣੇ ਇਸ ਕਰਕੇ ਇਹਦੇ ਚੋਂ ਨਿਕਲੀ ਹੋਣੀ ਆ 100% ਉਹ ਨਿਕਲੀ ਹੋਈ ਹੈ ਖਾਲੀ ਹੈ ਬੋਰੀ ਸਾਰੀ ਬੋਰੀ ਖਾਲੀ ਹੈ ਕਿਉਂਕਿ ਇਹ ਚੋਰੀ ਹੋਈ ਹੈ ਕਣਕ ਦੇ ਚੋਂ ਆ ਦੇਖੋ ਕਿੰਨਾ ਇਹ ਇਸ ਕਰਕੇ ਪੜ ਗਈ ਕਿਉਂਕਿ ਬੰਦ ਕਰ ਰਾਜੇ ਛੱਡ ਦੇ ਉਹਨੂੰ ਛੱਡ ਦੇ ਪੱਟੀ ਹੋਰ ਮਾਲ ਥੱਲੇ ਹੋਰ ਕਰਦੇ ਰਾਜੇ ਨੂੰ ਮਾਲ ਦਿਖਾ ਥੱਲੇ ਪੱਟ ਸਾਰੀ ਕਣਕ ਚੋਰੀ ਕਰਕੇ ਸੈਂਟਰ ਦੇ ਵਿੱਚ ਚੋਰੀ ਅੱਧੀ ਬੋਰੀ ਲਾ ਦਿੱਤੀ ਜਾਂਦੀ ਹੈ ਤੇ ਬਾਕੀ ਜਿਹੜੀ ਰਹਿ ਜਾਂਦੀ ਹੈ ਮੇਰਾ ਫੋਨ ਦਿਓ ਜੀ ਆਹ ਦੇਖੋ ਇਹ ਇਸ ਕਰਕੇ ਅਸੀਂ ਕੈਪਚਰ ਕਰ ਰਹੇ ਹਾਂ ਸਾਰਾ ਕੁਛ ਔਰ ਨਾਲ ਚੌਂਕੀਦਾਰ ਜੀ ਵੀ ਖੜੇ ਹੈ ਤਾਂ ਜੋ ਕੱਲ ਨੂੰ ਇਹ ਸਵਾਲ ਨਾ ਆਵੇ ਕਿ ਅਸੀਂ ਇੱਥੇ ਦੋ ਤਿੰਨ ਹੋਰ ਥੱਲੇ ਕਰਦੇ ਰਹਿ ਜੇ ਇਹ ਦਿਖਾਉਣਾ ਇਹ ਧੂਰੀ ਦੀਆਂ ਤਸਵੀਰਾਂ ਦਿਖਾ ਰਿਹਾ ਮੈਂ ਪਟਾ ਦੇ ਤੂੰ ਨਾਲ ਆਹ ਦੇਖੋ ਇਹ ਇਹ ਅੱਧੀ ਬੋਰੀ ਕਰਕੇ ਵਿਚਾਲੇ ਲਾ ਦਿੰਦੇ ਆ ਤੇ ਬਾਕੀ ਉੱਤੋਂ ਭਰ ਦਿੰਦੇ ਆ ਔਰ ਆ ਸਾਰੀ ਕਣਕ ਜਿਹੜੀ ਹੈ ਸਰਕਾਰੀ ਕਣਕ ਚੋਰੀ ਹੋ ਕੇ ਸਾਰੀ ਬੋਰੀ ਖਾਲੀ ਸਰਕਾਰ ਨੂੰ ਇਹ ਗੱਲ ਹੋਏ ਪਤਾ ਵੀ ਮਾੜਾ ਝਾਕ ਸਰਕਾਰ ਨੂੰ ਕਹਿ ਦਿਓ ਚੱਕੋ ਮਾੜਾ ਜਿਹਾ ਨਿਗਾਹ ਮਾਰੋ ਇਹ ਕਰਾਉਂਦਾ ਕੌਣ ਪਿਆ ਕਰਾਉਂਦਾ ਮਹਿਕਮੇ ਵਾਲਾ ਬੰਦਾ ਮੈਨੂੰ ਸਵੈਟਰ ਹੈ ਹੋਰ ਕੌਣ ਕਰਾਉਂਦਾ ਮਹਿਕਮੇ ਵਾਲਾ ਕਰਾ ਰਿਹਾ ਹੋਰ ਆਹ ਤੁਹਾਡੀਆਂ ਭੈਣ ਚੋਦੀਆਂ ਗਰੀਬਾਂ ਨੂੰ ਤਾਂ ਕੋਈ ਦਿੰਦਾ ਨਹੀਂ ਕੁਛ ਹੈ ਤੁਹਾਨੂੰ ਸਾਰਾ ਚੈੱਕ ਕਰਾਂ ਖੜ ਜਾ ਅੱਜੀ ਰਾਤ ਆ ਜਾ ਵੀਰੇ ਆ ਜਾ ਕਰਾ ਦੇ ਭਾਈ ਯਾਰ ਕਰਾ ਦੇ ਕੋਈ ਗੱਲ ਨਹੀਂ ਰਾਜੇ ਚਿਕੂ ਓ ਚਿਕੂ ਸਭ ਪਟਾਵਾ ਨਾ ਲੱਗ ਨਾ ਲੱਗ ਥੱਲੇ ਨਾ ਮਾਲ ਖਾਲੀ ਹਾਂ ਹਾਂ ਲੱਗ ਦੇ ਕਿਵੇਂ ਕਣਕ ਡੁੱਲੀ ਜਾਂਦੀ ਹੈ ਉਹ ਪਰਾਂ ਦੇਖੋ ਕਣਕ ਜਿਹੜੀ ਉਹ ਡੁੱਲੀ ਹੈ ਸਾਰੀਆਂ ਬੋਰੀਆਂ ਖਾਲੀ ਵਰਗੀਆਂ ਕਰਕੇ ਵਿਚਾਲੇ ਲਾ ਦਿੰਦੇ ਆ ਔਰ ਦੇਰ ਰਾਤ ਇਸ ਕਰਕੇ ਧੂਰੀ ਦੇ ਵਿੱਚ ਆਉਣਾ ਪਿਆ ਕਿਉਂਕਿ ਟਿਪ ਆਫ ਸੀਗੀ ਕਿ ਇਸ ਤਰੀਕੇ ਨਾਲ ਵੱਡੀ ਚੋਰੀ ਹੋ ਰਹੀ ਹੈ ਕਿਹੜੇ ਚੱਕੇ ਚ ਇਹ ਅੰਦਰ ਇਹਨਾਂ ਦੇ ਚੱਕੇ ਸਾਰੇ ਚੱਕਿਆਂ ਚ ਜਿਹੜੇ ਮਤਲਬ ਤੁਸੀਂ ਆਪਦੀ ਤੁਸੀਂ ਸਿੱਖੀ ਦਾ ਖਿਆਲ ਰੱਖੋ ਸਾਰੇ ਚੱਕਿਆਂ ਚ ਇਹ ਕੰਮ ਅਸੀਂ ਤਾਂ ਸਿੱਖੀ ਜਾਵੇ ਧਰਮ ਤੇ ਸਹੀ ਹੈ ਸਾਰੇ ਆਪਾਂ ਨਾ ਹੀ ਰਫੀ ਕਰਨੇ ਕਰਨ ਅਸੀਂ ਮਜਬੂਰ ਆ ਮਤਲਬ ਵੱਡੇ ਵੱਡੀ ਚੋਰੀ ਇਹਦੀ ਜਾਂਚ ਵੱਡੇ ਪੱਧਰ ਤੇ ਹੋਵੇ ਤੁਰੰਤ ਹਾਂ ਮਾਰ ਫਿਰ ਕਰਦੇ ਸ਼ਾਮ ਨੂੰ ਕਰਦੇ ਜੀ ਕਹਿੰਦੇ ਤੁਸੀਂ ਦੇਖੋ ਹੈਲੋ ਇਹ ਤਾਂ ਸਿਮਰ ਜੀ ਕਹਿੰਦੇ ਇਹਨਾਂ ਨੂੰ ਪੁੱਛ ਸ਼ਾਮ ਨੂੰ ਕਰਦੇ ਕਿਸ ਵੇਲੇ ਕਰਦੇ ਆ ਜੀ ਸ਼ਾਮ ਨੂੰ ਜੀ ਸ਼ਾਮ ਨੂੰ ਸਹੀ ਬਾਈ ਸ਼ਾਮ ਨੂੰ ਇਹ ਕੰਮ ਹੁੰਦਾ ਹੈ ਔਰ ਤੁਸੀਂ ਦੇਖੋ 6 ਵਜੇ ਤੋਂ ਬਾਅਦ ਔਰ ਅਸੀਂ ਰਾਤ ਦੇ ਤਕਰੀਬਨ 10 ਵਜੇ ਹੈ ਸਮਾਂ ਮੈਂ ਦਿਖਾ ਦੇਣਾ 9 ਵਜੇ ਹੈ ਇਸ ਵੇਲੇ ਮੇਰੀ ਘੜੀ ਤੇ ਔਰ ਆਹ ਦੇਖੋ ਤੁਸੀਂ ਬਿਲਕੁਲ ਆਹ ਦੇਖੋ ਆਹ ਦੇਖੋ ਇੱਥੋਂ ਇਹ ਕਣਕ ਨਿਕਲਦੀ ਹੈ ਔਰ ਜਿਹੜੀ ਭਰਦੇ ਆ ਉਹ ਕਿੱਥੇ ਰੱਖੀ ਹੈ ਹੈਂ ਲੂਜ਼ ਵੀ ਨਿਕਲੂਗੀ ਕਰ ਦਿਓ ਹੋਰ ਕਰ ਦਿਓ ਤੈਨੂੰ ਪਤਾ ਤੇਰਾ ਰੋਜ ਦਾ ਕੰਮ ਹੈ ਤੂੰ ਲੱਗ ਨਾਲ ਯਾਰ ਉਹਨਾਂ ਨੂੰ ਨਹੀਂ ਪਤਾ ਮੁੰਡਿਆਂ ਨੂੰ ਉਹ ਬੋਰੀ ਜਮਾਂ ਹੀ ਖਾਲੀ ਪਈ ਹੈ ਉਹ ਸਾਹਮਣੇ ਹਾਂ ਉਹ ਖਾਲੀ ਹੈ ਦਿਖਾਓ ਇਦੋ ਥੱਲੇ ਹੋਰ ਸਾਫ ਨਜ਼ਰ ਆ ਰਿਹਾ ਬੋਰੀ ਦੇ ਹਾਲ ਤੋਂ ਚੱਕਿਓ ਆਹ ਦੇਖੋ ਅੱਧੀ ਬੋਰੀ ਹੈ ਇਹ ਆਹ ਦਿਖਾਈ ਅੱਧੀ ਕਰਕੇ ਦਿਖਾਈ ਨਾ ਖੋਲੀ ਨੀ ਇਹਨੂੰ ਵੈਸੇ ਦਿਖਾਓ ਆਹ ਚੈੱਕ ਕਰੋ ਖੋਲਣੀ ਨੀ ਇਹ
बिलकुल कणक कढ़ी हुई है बोरी दे विचों, आ देखो बिलकुल आ किन्ने किलो होगी तुसी आ अंदाजा लाओ किन्ने किलो दा गट्टा हुंदा है। सारे दी जांच होनी चाहिदी है। असीं सिर्फ ये दिखाउण वास्ते इत्थे आए हां। बोरी नी खोलनी नी तुसी राजे, ए आपा गलत जुर्म नी करना। हां बस आ देखो सारियां बोरियां चो इत्थे कढ़ के जिहड़ी भरी आ ओह किथे होणी दसो मैनू। ओह सारी बणी होणी भाई, हैं देखो सामने देखो मुंह बंद जिहा मुंह बंद आ मुंह बंद वाली आ देखो तुहाडे पर देखो बणी होई है केड़ी। नहीं नहीं ओह भाई मारी ओते हाथ मारी सामने ओते हाथ मार। हां की आ भी खुल्ला आ देखो आ खुल्ली बिल्कुल खुल्ली पई आ देखो आ ता तस्वीर देखण वाली है। पासे हो जा राजे मैनू गा आंदे आ आ भाई जी एक मिनट हाथ मार के दिखायो बिल्कुल खुल्ली पई है क्योंकि सारी इहदे चो कढ़ के कणक ना 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 कणक नहीं हाथ नहीं लाउणा तुसी कणक नूं क्योंकि नैक्सस है और इस नैक्सस नूं तोड़ना भगवंत मान साहब नूं बेनती है कि मैं एक जिम्मेदार पत्रकार हाँ पंजाब दा और मैं तुहाडे तक ये दिखाउण वास्ते लैके आया कि तुहाडे अपने हल्के च की कर रहे ने लोग। तो आ देख लो ये पूरे दा जांच होनी चाहीदी है और तुरंत जांच होनी चाहीदी है। जेड़ी एदे जो भरी इन्हां ने किथे है फिर वो लोड करके लै गए बस। दिखाओ दिखाओ करो करो पट्टो तुसी पट्टो पट्टो एक मिनट दिखाओ एदू थले देखो तुसी उपर आलिया नू छड़ के थले आलिया दिखाओ ए केड़ी पैर आली आ देखो तुसी आ देख सकते हो पूरी कणक कढ़ी हुई है एदे चो। हां गोड़ किथे गई है हां गोड़ में मर गई अगे दिखाओ अगली दिखाओ गोड़ मर गई ओरे अगे दिखाओ एक आ देखो पूरी कणक एदे चो कढ़ी हुई है। वड्डा वड्डा स्टिंग है ये पंजाब दा वड्डी खबर है हो सकता बहुत कुछ इस तो बाद अफसर शाह आ देखो आ आ आ इत्थे परखी लगी हुई एदे चो इस तरह पिछले पासे दिखाओ पिछले पासे एदे चो बाद कढ़ के आ सारी एदे बाद असीं मार फड़ जावांगे मार फड़ चाहांगे ठीक है खाली किता जेड़ा भरिया अद्धा ओ किथे है यही भर के रख दिंदे ते फिर सवेरे यही लै जांदे है। बारदाना दिखायो किथे पिया दिखावां मैं ਲਾਈਫ ਕਰ ਆ ਨਹੀਂ ਹਾਂ ਹਾਂ ਦਿਨ ਹੈਗੇ
ਮੇਰੇ ਜਿਹੜੇ ਪੱਲੇਦਾਰ ਨਹੀਂ ਹੈਗੇ ਹਾਂ ਸਾਰੇ ਨੂੰ ਬੋਰੇ ਚੱਕਦੇ ਠੀਕ ਹੈ ਨਾ ਹਾਂ ਉਹਨਾਂ ਠੇਕੇਦਾਰ ਬੰਦਾ ਉਹ ਲੈਂਦਾ ਪੈਸੇ ਹਾਂ ਕਿਉਂਕਿ ਠੀਕ ਹੈ ਨਾ ਉਹਨਾਂ ਨੂੰ ਸਹੀ ਹਿਸਾਬ ਦਿੱਤਾ ਹੈ ਨਹੀਂ ਠੀਕ ਹੈ ਨਾ ਇਹ ਸਾਰੀ ਪੰਜਾਬ ਗਵਰਨਮੈਂਟ ਕੀ ਗੱਲ ਹੈ ਬਾਬੂ ਦਾ ਮਿਸਟਰ ਵੀ ਤਾਂ ਖਾਈ ਜਾਂਦੇ ਪੈਸੇ ਠੀਕ ਹੈ ਨਾ ਮੈਂ ਕਿਤੇ ਡਰਦਾ ਨਹੀਂ ਹੈਗਾ ਆਹ ਦੇਖੋ ਕਰਾਓ ਮੂੰਹ ਤੇ ਪਾਉਂਗੇ ਇਸਨੂੰ ਥੋੜ੍ਹੀ ਜਿਹੀ ਹਿੰਮਤ ਹੈ ਡਾਂਗ ਇਸਨੂੰ ਬਿਲਕੁਲ ਅੱਗੇ ਦਿਖਾਓ ਤੁਹਾਨੂੰ ਕਾਰਵਾਈ ਕਰੋਗੇ ਬਿਲਕੁਲ 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 ਨਹੀਂ ਪੈਸੇ ਤਾਂ ਨਹੀਂ ਲੈਂਦੇ ਬਿਲਕੁਲ ਕੋਈ ਪੈਸਾ ਨਹੀਂ ਕੁਛ ਨਹੀਂ ਹੈ ਕਾਰਵਾਈ ਹੋਊਗੀ ਪੂਰੀ ਫੁੱਲ ਕਰੋਗੇ ਕੁਛ ਵੀ ਸਾਰੀ ਕਾਰਵਾਈ ਹੋਊਗੀ ਪੈਸੇ ਵਾਲਾ ਸਿਸਟਮ ਨਹੀਂ ਹੈ ਦਿਖਾਓ ਅੱਗੇ ਦਿਖਾਓ ਤੁਸੀਂ ਨਹੀਂ ਤੁਹਾਨੂੰ ਦੇਖ ਲੈਣਾ ਕੋਈ ਗੱਲ ਨਹੀਂ ਦੇਖ ਲੈਣਾ ਕੋਈ ਗੱਲ ਨਹੀਂ ਆ ਜਾਓ ਆ ਜਾਓ ਮੇਰੇ ਉੱਤੇ ਕਾਰਵਾਈ ਕੋਈ ਆ ਗਈ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੱਲੀ ਤੁਸੀਂ ਸੱਚੇ ਸੁੱਚੇ ਹੋ ਨਾ ਮੈਂ ਸੱਚੇ ਆ ਆ ਸੱਚ ਦਿਖਾਇਆ ਨਾ ਹਾਂ ਮੇਰੇ ਕੱਲੀ ਕੁੜੀ ਹੈ ਘਰੇ ਦੇਖ ਮੈਂ ਤੁਹਾਡੇ ਤੇ ਸੀਐਮ ਸਾਹਿਬ ਔਰ ਅਧਿਕਾਰੀ ਔਰ ਖਾਸ ਤੌਰ ਤੇ ਡਾਇਰੈਕਟਰ ਸਾਹਿਬ ਇਸ ਵਿਅਕਤੀ ਨੇ ਇਹ ਵਿਸਲ ਬਲੋਅਰ ਹੈ ਇਹਨੇ ਸੱਚ ਦਿਖਾਇਆ ਔਰ ਇਹਦੇ ਤੇ ਗਰੀਬ ਤੇ ਕਾਰਵਾਈ ਨਾ ਹੋਵੇ ਕੋਈ ਇਹ ਗਰੀਬ ਤੇ ਨਾ ਕੋਈ ਕਾਰਵਾਈ ਹੋਵੇ ਆ ਜਾਓ ਦਿਖਾਓ ਅੱਗੇ ਮੈਂ ਤਾਂ ਆ ਜਾਓ ਅੱਗੇ ਆ ਕੇ ਦਿਖਾਓ ਚਲੋ ਆ ਜਾਓ ਸ਼ਰੇਆਮ ਕਣਕ ਚੋਰੀ ਔਰ ਇੱਕ ਵੱਡਾ ਸਟਿੰਗ ਆਪਰੇਸ਼ਨ ਅਸੀਂ ਤੁਹਾਨੂੰ ਦਿਖਾਇਆ ਪੰਜ ਸਭ ਦੇ ਗੋਦਾਮ ਦੇ ਵਿੱਚ ਆ ਅਸੀਂ ਇਸ ਵੇਲੇ ਕਿੱਥੇ ਖੁੱਲੀਆਂ ਚਾਰ ਪਲੇਟ ਪਾਵਾਂਗੇ ਆਓ ਇਹਦੇ ਥੱਲੇ ਹੈ ਤਾਂ ਇਹਨਾਂ ਸਾਰੀਆਂ ਦੇ ਇਹ ਉੱਤੇ ਦੇਖੋ ਇਹ ਭਰੇ ਹੁੰਦੇ ਆ ਜਿਵੇਂ ਇਹ ਪੂਰਾ ਹੈ ਇਹਦੀ ਵੇਟ ਪੂਰਾ ਪਰ ਇਹਦੇ ਥੱਲੇ ਜਿਹੜੇ ਨੇ ਜਿਵੇਂ ਅਸੀਂ ਦਿਖਾਇਆ ਇਹਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਕਿ ਅਫਸਰ ਜਾਂ ਜਿਹੜੇ ਅਧਿਕਾਰੀ ਰਲੇ ਹੋਏ ਨੇ ਉਹ ਤੁਰੰਤ ਉਹ ਇਹਦੀ ਕਹਿ ਰਹੇ ਇਹ ਬਾਈ ਜੀ ਕਹਿ ਰਹੇ ਵੀ ਸਾਰਾ ਮਾਲ ਜਿਹੜਾ ਕੱਢਿਆ ਹੋਇਆ ਥੱਲੇ ਉੱਪਰ ਸਹੀ ਮਾਲ ਲਾ ਰੱਖੇ ਸਾਰੇ ਕਿਤੇ ਜਿਹੜਾ ਕੱਢਿਆ ਹੋਇਆ ਥੱਲੇ ਹੈ ਉਹ ਥੱਲੇ ਲਾ ਨਹੀਂ ਜਿਹੜਾ ਇਹਦੇ ਚੋਂ ਕੱਢ ਲਿਆ ਆਦੀ ਉਹ ਕਿੱਥੇ ਕਣਕ ਉਹ ਇੱਥੇ ਪ੍ਰਾਈਵੇਟ ਮਿਲਣਾਂ ਨੂੰ ਵੇਚਦਾ 2 ਨੰਬਰ ਉਹ ਕਿਹੜੇ ਵੇਲੇ ਟਰੱਕ ਨਿਕਲਦੇ ਅੰਕਲ ਜੀ ਟਰੱਕ 2:30 ਵਜੇ ਨਿਕਲਿਆ ਕਰੇ ਅੱਛਾ 4 ਤੋਂ 12 ਡਿਊਟੀ ਹੈ ਆਪਣੀ ਹਾਂ ਦਿਨੇ ਨਿਕਲਦੇ ਆ ਦਿਨੇ ਨਿਕਲਦੇ ਆਪਾਂ ਕਹਿ ਨਹੀਂ ਸਕਦੇ ਜਣੀ 4 ਤੋਂ 12 ਡਿਊਟੀ ਜਿਹੜੀ ਇਹ ਮੰਨ ਲਓ ਇਹ 50 ਕਿਲੋ ਹੈ 25 ਕਿਲੋ ਕੱਢ ਲਈ ਇਹਦੇ ਚੋਂ ਬਾਕੀ 25 ਕਿਲੋ ਕਿੱਥੇ ਗਈ ਅੱਛਾ ਜੀ ਹੈ ਤੁਸੀਂ ਆਪਣਾ ਡਿਪੂ ਜਮਾ ਵਿਕਰਾ ਨਹੀਂ ਹੈਗਾ ਜੀ ਉਹ ਡਿਪੂ ਟਰੱਕ ਟੈਪੋ ਹੁੰਦੇ ਨੇ ਤੇ ਉਹ ਬਿਨਾ ਗੇਟ ਪਾਸ ਤੋਂ ਟਰੱਕ ਅੰਦਰ ਤਾਂ ਆਉਂਦੇ ਹੀ ਹੋਣੇ ਅਕਸਰ ਹਾਂ ਹੋ ਜਾਂਦੇ ਸਾਰਾ ਮੈਂ ਇੱਕ ਮਹਿਕਮਾ ਨਹੀਂ ਹੈਗਾ ਸਾਰੇ ਮਹਿਕਮੇ ਨੇ ਜੀ ਤੇ ਮੇਰੀ ਗੱਲ ਸੁਣੋ ਜੀ ਤਾਂ ਬਾਹਰ ਬਾਹਰ ਦਿਖਾਣਾ ਸੀ ਤੁਸੀਂ ਕੁਝ ਆ ਜਿਹੜਾ ਟਰੱਕ ਖੜਾ ਇਹ ਤਾਂ ਮਾਰ ਭਰ ਹਜਾ ਆਏ ਹੋਏ ਉਤਰਨ ਵਾਲੇ ਅੱਛਾ ਇਹ ਆਇਆ ਹੈ ਜੀ ਤੁਹਾਡੀ ਨਿਗਾਹ ਦੇ ਵਿਚ ਅਸੀਂ ਆਏ ਸੀ ਨਾ ਕੋਈ ਗੱਟਾ ਇਧਰ ਹੋਇਆ ਨਾ ਉਧਰ ਹੋਇਆ ਤੁਹਾਡੀ ਨਿਗਾਹ ਚ ਤੁਹਾਡੇ ਸਾਹਮਣੇ ਬੰਦ ਕਰ ਲੋ ਆਹ ਪਹਿਲਾਂ ਤੁਸੀਂ ਇਹਦਾ ਜੋ ਦਿਖਾਓ ਆ ਮਾਰਕ ਫੜ ਦਾ ਇਹ ਵੀ ਪੰਜ ਸਭ ਦਾ ਹੀ ਹੈ ਇਹ ਪੰਜ ਸਭ ਦਾ ਹੀ ਹੈ ਸਾਰਾ ਹਾਂਜੀ ਅੱਛਾ ਇਹਦੇ ਚ ਪਿਆ ਸੀ ਬਾਰਦਾਨਾ ਇੱਥੇ ਰੱਖਦੇ 19-20 ਦਾ ਇਹ ਪੁਰਾਣਾ ਬਾਰਦਾਨਾ ਕਿਉਂ ਪਿਆ ਇੱਥੇ ਪੁਰਾਣਾ ਬਾਰਦਾਨੇ ਚ ਭਰਦੇ ਆਹ ਆਹ ਤਾਂ 22-23 ਦਾ ਉਹਦਾ ਹੀ ਦੇਖ ਪਰ ਆ 19-20 ਦਾ ਪਿਆ ਆ ਪਿਆ ਚੱਕੋ ਚੱਕੋ ਦੇਖੋ
देखो इन करो पास ए बारदान पुरानी बोरिया आ देखो ए भर के चलदा कर देंगे कढ़ो कढ़ो बहर कढ़ो इन कढ़ो कढ़ो खिलार लो इन खिलार लो यदा कंडम है बिल्कुल आ पिया ए पिया ईयर है सारे ऐ पैक हो ईयर ए ईयर पढ़ो उन्नी भी दा वो सारा उ पिया फिर आ चको जरा थोड़े पैर च आ पिया हाँ चको ईयर केड़ा ए दूजा देखो बी तेई का बारदाना इतने पिया भी नजर आ रहा जिसे भर के और उस तो बाद चलता हों हालांकि बहुत सारिया गल् हो सकती है कि कोई चूहा खा गया कोई वेस्टेज होगी इदा दल हो इधर भी उही कुछ है आ देखो शरेआम थले वड्डा सवाल है कि एदे कारवाई कदों होगी साड़ी कोशिश है कि इस चोरी नू सरकार दी निगाह च लिया जा सके और सरकार इस चोरी दे उत्ते ठल पावे।